दो मुख जिला दे वल रुख करदे आ, जलंधर और गुरदासपुर। जलंधर तो विनोद सबरवाल, गुरदासपुर तो परपाल सिंह साडे नाल मौजूद ने। जी विनोद, तुसी की कहोगे, जलंधर की गल करिए तां किस तरह दे नाल इत्थे गर्मी का प्रकोप नजर आ रहा है? जी बिल्कुल गुरजोत, जे गल करिए दिन की शुरुआत होंदे जिहड़ा इह तपदा जिहा जलंधर शहर नजर आ रहा है। जे पारे की गल करिए 40 डिग्री पारा जिहड़ा अजे 11 11:30 बजे का टाइम होया तो 40 डिग्री तापमान हो गया। तो तुसी मेरे पिछे देख सकते हो कि लोगों की आवाजाही फिर भी शुरू हुई, क्योंकि जिहड़ा प्रशासन वालों टाइम दिता गया है उहदा पूरा जिहड़ा लोकी अपने जरूरत दियां समान लैण लई बाहर निकल रहे हैं, पर उत्थे ही गर्मी के कारण पूरे एहतियात रखते हुए भी नजर आ रहे हैं। पानी दी बोतलां उन्हां दे कोल ने जां पूरे मुंह से ढके हुए ने, क्योंकि एक गर्म लू भी चलती नजर आ रही है। उत्थे जे दुकानदारां दी गल करिए उन्हां दा लगातार कहना कि गर्मी दे कारण जिहड़े है सवेर तो लैके शामी 5 बजे तक गाहक जिहड़े उन्हां दे कोल बहुत घट आउंदे है। इस करके प्रशासन अगे अपील करदे नजर आउंदे है कि शाम दा टाइम जिहड़ा वधा दित्ता जाणा चाहीदा है कि उन्हां दी दुकानदारी वी जिहड़ी चल सके। उत्थे जे गल करिए लगातार लोग जिहड़े है जूस दा जां नींबू पानी दा प्रयोग करदे होए सड़कां दे उपर वी नजर आ रहे है। ठीक है, दूसरे पास गुरदासपुर तो भवाल सिंह साडे नाल मौजूद ने। सो भवाल सिंह, जिस तरह विनोद कह रहे हैं कि एक तो मसला यह है दुकान जिहड़ियां ने वह 6 तो वध के समा खोलन की कीती जा रही है, दूसरा जिहड़ा है वह लॉकडाउन के करके फिर भी लोग निकल रहे हैं जिन्नी मर्जी गर्मी होवे क्योंकि जरूरी काम ने, की कहोगे? ਹੁਣ 11:15 ਦਾ ਟਾਈਮ ਹੋ ਚੁੱਕਾ ਹੈ ਤਾਂ ਟੈਂਪਰੇਚਰ ਜਿਹੜਾ ਹੈ 47 ਡਿਗਰੀ ਦੇ ਕਰੀਬ ਪਹੁੰਚ ਚੁੱਕਾ ਹੈ। 47 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਕਿ ਲੋਕ ਸੜਕਾਂ ਦੇ ਉੱਤੇ ਨਿਕਲੇ ਹੋਏ ਨੇ ਆਪਣੇ ਜ਼ਰੂਰੀ ਕੰਮ ਕਰਨ ਵਾਸਤੇ, ਕਿਉਂਕਿ ਲੋਕਡਾਊਨ ਦੇ ਚੱਲਦਿਆਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੀ ਦੁਕਾਨਾਂ ਦਾ ਸਮਾਂ ਤੇ ਉਹਦੇ ਵਿੱਚ ਹੀ ਆਪਣੇ ਸਾਰੇ ਕੰਮ ਮੁਕੰਮਲ ਕਰਨਾ ਚਾਹੁੰਦੇ ਨੇ। ਪਰ ਨਾਲ ਹੀ ਲੋਕ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹਾਂਗਾ ਕਿ ਇਸ ਗਰਮੀ ਤੋਂ ਬਚਣ ਦੇ ਲਈ ਠੰਡੇ ਜਿਹੜੇ ਜਲ ਨੇ ਉਹ ਪੀਂਦੇ ਦਿਖਾਈ ਦੇ ਰਹੇ। ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜੀ ਸਟਾਲ ਲੱਗਾ ਹੋਇਆ ਜਿੱਥੇ ਲੋਕ ਖੜ ਕੇ ਇਸ ਗਰਮੀ ਦੇ ਵਿੱਚ ਸੋਡੇ ਦਾ ਜਿਹੜਾ ਹੈ ਉਹ ਲੁਥਮ ਉਠਾਉਂਦੇ ਦਿਖਾਈ ਦੇ ਰਹੇ ਤਾਂ ਕਿ ਠੰਡਾ ਪੇਜਲ ਪੀ ਕੇ ਗਰਮੀ ਤੋਂ ਕਿਤੇ ਨਾ ਕਿਤੇ ਬਚਿਆ ਜਾ ਸਕੇ। ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਜਿੱਥੇ ਕਰੋਨਾ ਦਾ ਪ੍ਰਕੋਪ ਚੱਲਦੇ ਦਿਖਾਈ ਦੇ ਰਿਹਾ ਉਸਦੇ ਨਾਲ ਹੀ ਗਰਮੀ ਦਾ ਪ੍ਰਕੋਪ ਵੀ ਉਹਨਾਂ ਦੇ ਉੱਤੇ ਲਗਾਤਾਰ ਵੀ ਝਿੰਦਾ ਦਿਖਾਈ ਦੇ ਰਿਹਾ। ਲੋਕ ਗਰਮੀ ਤੋਂ ਬਚਣ ਦੇ ਵਾਸਤੇ ਢੱਕ ਕੇ ਬਾਹਰ ਨਿਕਲ ਰਹੇ ਨੇ, ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਦਿਖਾਈ ਦੇ ਰਹੇ ਨੇ ਤਾਂ ਕਿ ਇਸ ਗਰਮੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਪਰ ਟੈਂਪਰੇਚਰ ਜਿਹੜਾ ਗੁਰਜੋਤ ਹੈ ਲਗਾਤਾਰ ਹੀ ਵੱਧਦਾ ਦਿਖਾਈ ਦੇ ਰਿਹਾ। ਉਸੇ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਗੁਰਦਾਸਪੁਰ ਦਾ ਹੈ 44 ਡਿਗਰੀ ਤੱਕ ਪਹੁੰਚ ਚੁੱਕਾ ਹੈ। ਤਾਂ ਹਾਲੇ ਅੱਗੇ ਜੂਨ ਦਾ ਮਹੀਨਾ ਆਉਣ ਵਾਲਾ ਹੈ, ਜੁਲਾਈ ਦਾ ਮਹੀਨਾ ਆਉਣ ਵਾਲਾ ਹੈ, ਜਦ ਝੋਨੇ ਦੀ ਬੀਜੀ ਹੋਈ ਫਸਲ ਨੂੰ ਪਾਣੀ ਲੱਗੇਗਾ ਤਦ ਜ਼ਿਆਦਾ ਚੁਮਾਸੇ ਉੱਠਣਗੇ, ਜ਼ਿਆਦਾ ਗਰਮੀ ਹੋਏਗੀ। ਤਾਂ ਕਿਤੇ ਨਾ ਕਿਤੇ ਗਰਮੀ ਦਾ ਪ੍ਰਕੋਪ ਵੀ ਜਿਹੜਾ ਹੈ ਉਹ ਵੱਧਦਾ ਦਿਖਾਈ ਦੇ ਰਿਹਾ ਹੁਣ ਪੰਜਾਬ ਦੇ ਵਿੱਚ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੀ। ਸੋ ਬਿਲਕੁਲ ਭਵਾਲ ਸਿੰਘ, ਕਹਿ ਸਕਦੇ ਹਾਂ ਜਿਸ ਤਰ੍ਹਾਂ ਦੇ ਨਾਲ ਇਹ ਠੰਡੇ ਦੀਆਂ ਦੁਕਾਨਾਂ ਦੇ ਉੱਤੇ ਲੋਕ ਖੜੇ ਨੇ ਤੇ ਹੁਣ ਦੁਬਾਰਾ ਤੋਂ ਥੋੜ੍ਹਾ ਜਿਹਾ ਵਪਾਰ ਵੀ ਚੱਲੇਗਾ, ਜਾਂ ਫਿਰ ਇਹਨਾਂ ਰੇਹੜੀ ਵਾਲਿਆਂ ਦੀ ਗੱਲ ਕਰੀਏ ਜੋ ਆ ਕੇ ਬਹੁਤ ਹੀ ਜ਼ਿਆਦਾ ਹਰ ਰੋਜ਼ ਕਮਾ ਕੇ ਖਾਣ ਵਾਲੇ ਲੋਕ ਨੇ ਤਾਂ ਥੋੜ੍ਹੇ ਜਿਹੇ ਜੇਬ 'ਚ ਪੈਸੇ ਆਉਣਗੇ, ਕਿਤੇ ਨਾ ਕਿਤੇ ਗਰਮੀ ਇਹ ਫਾਇਦਾ ਦਿੰਦੀ ਨਜ਼ਰ ਆ ਰਹੀ ਹੈ ਇਹਨਾਂ ਲੋਕਾਂ ਨੂੰ। ਫਾਇਦਾ ਦਿੰਦੀ ਜ਼ਰੂਰ ਦਿਖਾਈ ਦੇਵੇਗੀ ਜਿਹੜੇ ਗਰਮੀ ਤੋਂ ਬਚਣ ਵਾਸਤੇ ਚੀਜ਼ਾਂ ਵੇਚਦੇ ਦਿਖਾਈ ਦੇ ਰਹੇ ਨੇ, ਚਾਹੇ ਉਹ ਆਈਸਕ੍ਰੀਮ ਦੀਆਂ ਰੇਹੜੀਆਂ ਹੋ ਜਾਣ, ਕੰਡਵੀ ਦੀਆਂ ਰੇਹੜੀਆਂ ਹੋ ਜਾਣ, ਜੂਸ ਦੀਆਂ ਰੇਹੜੀਆਂ ਹੋ ਜਾਣ, ਜਾਂ ਫਿਰ ਸੋਡੇ ਦੇ ਸਟਾਲ ਹੋ ਜਾਣ, ਤਾਂ ਲੋਕ ਉੱਥੇ ਭਾਰੀ ਤਦਾਦ 'ਚ ਪਹੁੰਚ ਕੇ ਉਹਨਾਂ ਕੋਲ ਇਹ ਚੀਜ਼ਾਂ ਪੀਂਦੇ ਦਿਖਾਈ ਦੇ ਰਹੇ ਨੇ ਗਰਮੀ ਤੋਂ ਬਚਣ ਦੀ। ਤਾਂ ਕਿਤੇ ਨਾ ਕਿਤੇ ਉਸ ਚੀਜ਼ ਨਾਲ ਇਹਨਾਂ ਲੋਕਾਂ ਦੀ ਜੇਬ ਦੇ ਵਿੱਚ ਵੀ ਪੈਸਾ ਆਏਗਾ। ਜਿਹੜੇ ਲੋਕ ਲੋਕਡਾਊਨ ਦੀ ਮਾਰ ਝੱਲਦੇ ਦਿਖਾਈ ਦੇ ਰਹੇ ਨੇ, ਉਸ ਮਾਰ ਤੋਂ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਬਾਹਰ ਨਿਕਲਿਆ ਜਾਵੇਗਾ। ਲੋਕ ਵੀ ਇੱਥੇ ਖੜੇ ਨੇ, ਉਹਨਾਂ ਨੇ ਚੱਲ ਕੇ ਗੱਲ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ। ਬਿਲਕੁਲ ਬਿਲਕੁਲ ਭਪਾਲ ਸਿੰਘ, ਅਜੇ ਪਹਿਲਾਂ ਮੈਂ ਸਵਾਲ ਵਿਨੋਦ ਤੋਂ ਲੈਣੀ ਆ, ਉਸ ਤੋਂ ਬਾਅਦ ਗੱਲਬਾਤ ਜਿਹੜੀ ਜ਼ਰੂਰ ਕਰਿਓ, ਥੋੜ੍ਹਾ ਜਿਹਾ ਇੰਤਜ਼ਾਰ ਕਰੋ ਪਲੀਜ਼ ਜੀ। ਵਿਨੋਦ, ਅਗਰ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ, ਉਸ ਨੂੰ ਲੈ ਕੇ ਅਗਰ ਮਾਮਲਿਆਂ ਦੀ ਗੱਲ ਕਰਦੇ, ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀਗਾ ਕਿ ਇਹ ਥੋੜ੍ਹਾ ਜਿਹਾ ਪ੍ਰਕੋਪ ਘੱਟ ਹੋਏਗਾ ਕੋਰੋਨਾ ਦਾ, ਪਰ ਕੁੱਲ ਮਿਲਾ ਕੇ ਵਿਗਿਆਨੀ ਹੁਣ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਜਿਹਾ ਕੁਝ ਨਹੀਂ ਹੈ ਕਿਉਂਕਿ ਮਾਮਲੇ ਲਗਾਤਾਰ ਵੱਧ ਰਹੇ ਨੇ ਜਲੰਧਰ ਵਿੱਚ। ਇਸ ਕਰਕੇ ਸਵਾਲ ਪੁੱਛ ਰਹੀ ਹਾਂ ਕਿ ਕੁਝ ਇੱਥੇ ਦੇ ਲੋਕ ਸਮਝ ਰਹੇ ਨੇ ਇਹਨੂੰ, ਗਰਮੀ ਨੂੰ? ਜੀ ਪਹਿਲੇ ਗੁਰਜੋਤ, ਮੈਂ ਦੱਸ ਦਵਾਂ ਕਿ ਜਲੰਧਰ ਦੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਜੇ ਅੰਕੜਿਆਂ ਦੀ ਗੱਲ ਕਰੀਏ 222 ਅੰਕੜੇ ਜਲੰਧਰ ਦੇ ਵਿੱਚ ਹੋ ਗਏ ਨੇ। ਕੱਲ ਰਾਤੀ ਜਿਹੜੇ 16 ਮਾਮਲੇ ਸਾਹਮਣੇ ਆਏ ਆ, ਜਿਸ ਤਰ੍ਹਾਂ ਕਿ ਉਸ ਦੀ ਪੁਸ਼ਟੀ ਸਹਾਇਕ ਸਿਹਤ ਅਫਸਰ TP ਸਿੰਘ ਨੇ ਕੀਤੀ ਹੈਗੀ। ਇੱਕ ਬੰਦੇ ਨੇ ਕਿਹਾ ਜਾ ਰਿਹਾ ਸੀ ਕਿ ਗਰਮੀ ਵਧਣ ਦੇ ਨਾਲ ਜਿਹੜਾ ਇਹ
ਕੋਰੋਨਾ ਦਾ ਪ੍ਰਕੋਪ ਥੋੜਾ ਜਿਹਾ ਘੱਟ ਹੋਏਗਾ ਪਰ ਇਸ ਦਾ ਅਸਰ ਜਲੰਧਰ 'ਚ ਨਹੀਂ ਦੇਖਣ ਨੂੰ ਮਿਲ ਰਿਹਾ। ਜਲੰਧਰ ਵਿੱਚ ਲਗਾਤਾਰ ਜਿਹੜੇ ਆਂਕੜੇ ਵੱਧਦੇ ਜਾ ਰਹੇ ਆ, ਜਿੱਥੇ ਤਾਪਮਾਨ ਤੇਜ਼ੀ ਦੇ ਨਾਲ ਵੱਧ ਰਿਹਾ 40 ਡਿਗਰੀ ਤੋਂ ਪਾਰ ਹੋ ਰਿਹਾ, ਉੱਥੇ ਹੀ ਜਲੰਧਰ ਦੇ ਵਿੱਚ ਆਂਕੜੇ 200 ਤੋਂ ਪਾਰ ਹੋ ਗਏ ਨੇ, ਕੋਈ ਵੀ ਉਹਦੇ ਤੇ ਅਸਰ ਨਹੀਂ ਨਜ਼ਰ ਆ ਰਿਹਾ। ਗਰਮੀ ਦੀ ਗੱਲ ਕਰੀਏ, ਗਰਮੀ ਦਾ ਪ੍ਰਕੋਪ ਲਗਾਤਾਰ ਜਲੰਧਰ ਦੇ ਵਿੱਚ ਵੱਧਦਾ ਜਾ ਰਿਹਾ, ਲੋਕ ਜਿਹੜੇ ਆ ਜੂਸ ਦੀਆਂ ਦੁਕਾਨਾਂ ਜਾਂ ਕੰਜਵੀ ਦੀਆਂ ਰੇਹੜੀਆਂ ਦੇ ਉੱਪਰ ਖੜੇ ਦਿਖਾਈ ਦੇ ਰਹੇ, ਲੋਕਾਂ ਦੇ ਕੰਮ ਕਾਜ ਤੇ ਵੀ ਗਰਮੀ ਦਾ ਕਹਿਰ ਦਾ ਅਸਰ ਨਜ਼ਰ ਆ ਰਿਹਾ। ਭੁਪਾਲ ਸਿੰਘ, ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ। ਜੀ ਪਰ ਹੁਣ ਕੁਛ ਜ਼ਿਆਦਾ ਟਾਈਮ ਤੋਂ ਪਹਿਲਾਂ ਨਹੀਂ ਆ ਗਈ, ਕਿਉਂਕਿ ਜੂਨ ਜੁਲਾਈ 'ਚ ਜਾ ਕੇ ਇੰਨੀ ਗਰਮੀ ਹੁੰਦੀ ਸੀ, ਅੱਜ ਮਈ ਦੇ ਵਿੱਚ 40 ਡਿਗਰੀ ਪਹੁੰਚ ਚੁੱਕਾ ਹੈ। ਹਾਂਜੀ ਬਿਲਕੁਲ, ਲੋਕਾਂ ਦਾ ਇਹ ਵੀ ਕਹਿਣਾ ਹੈ ਗੁਰਜੋਤ ਕਿ ਮੌਸਮ ਲਗਾਤਾਰ ਬਦਲਦੇ ਰਹਿੰਦੇ ਨੇ, ਜੇ ਪਹਿਲਾਂ ਸਰਦੀ ਆਈ ਹੈ ਤਾਂ ਹੁਣ ਗਰਮੀ ਨਹੀਂ ਆਈ ਹੈ, ਇਹ ਕੁਦਰਤ ਦਾ ਇੱਕ ਗੇੜ ਹੈ ਜਿਹੜਾ ਮੌਸਮ ਬਦਲਦਾ ਹੈ, ਅਤੇ ਮੌਸਮ ਬਦਲਾਅ ਦੇ ਚੱਲਦਿਆਂ ਜਿਹੜਾ ਹੁਣ ਗਰਮੀ ਦਾ ਮੌਸਮ ਆ ਰਿਹਾ ਇਹ ਵੀ ਲੋਕਾਂ ਨੂੰ ਜ਼ਰੂਰ ਝੱਲਣਾ ਪਏਗਾ, ਕਿਉਂਕਿ ਹਰ ਵਕਤ ਹੀ ਹਰ ਸਾਲ ਹੀ ਇਹ ਮੌਸਮ ਜਿਹੜੇ ਇਸੇ ਤਰੀਕੇ ਨਾਲ ਹੀ ਬਦਲਦੇ ਦਿਖਾਈ ਦਿੰਦੇ ਨੇ, ਤਾਂ ਲੋਕ ਕਿਤੇ ਨਾ ਕਿਤੇ ਗਰਮੀ ਤੋਂ ਬਚਣ ਵਾਸਤੇ ਠੰਡੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਇਸਤੇਮਾਲ ਕਰਦੇ ਵੀ ਦਿਖਾਈ ਦੇ ਰਹੇ ਨੇ। ਗੁਰਜੋਤ ਜੀ ਠੀਕ ਹੈ, ਅਖੀਰਲਾ ਸਵਾਲ ਵਿਨੋਦ ਤੁਹਾਡੇ ਤੋਂ ਲਵਾਂਗੀ, ਗਰਮੀ ਨੂੰ ਲੈ ਕੇ ਅਗਰ ਗੱਲ ਕਰੀਏ ਚਹਿਲ ਪਹਿਲ ਵੀ ਨਜ਼ਰ ਆ ਰਹੀ ਹੈ, ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਕੀ ਕਹਿੰਦਾ ਨਜ਼ਰ ਆ ਰਿਹਾ, ਕੁਛ ਉਮੀਦ ਹੈਗੀ ਹੈ 6 ਵਜੇ ਤੋਂ ਬਾਅਦ ਵੀ ਦੁਕਾਨਾਂ ਖੁੱਲ ਸਕਦੀਆਂ ਨੇ? ਜੀ ਬਿਲਕੁਲ, ਲਗਾਤਾਰ ਜੇ ਦੁਕਾਨਦਾਰਾਂ ਦੀ ਗੱਲ ਕਰੀਏ ਉਹ ਲਗਾਤਾਰ ਜਿਹੜੇ ਆ ਮੰਗ ਕਰਦੇ ਆ ਰਹੇ ਆ, ਕਿਉਂਕਿ ਦਿਨ ਚੜ੍ਹਦੇ ਜਿਹੜਾ ਗਰਮੀ ਵਧਣੀ ਸ਼ੁਰੂ ਹੋ ਜਾਂਦੀ ਹੈ, ਉਸ ਕਾਰਨ ਦੁਕਾਨ ਦੇ ਉੱਪਰ ਗਾਹਕ ਜਿਹੜੇ ਘੱਟ ਆਉਂਦੇ ਆ, ਘੱਟ ਬਹੁਤ ਘੱਟ ਗਿਣਤੀ 'ਚ ਬਾਹਰ ਨਿਕਲਦੇ ਨਜ਼ਰ ਆ ਰਹੇ ਆ, ਜੇ ਕੋਈ ਨਿਕਲਦੇ ਵੀ ਹੈ ਪੂਰੇ ਆਪਣੇ ਅਹਤਿਆਤ ਵਰਤ ਕੇ ਨਿਕਲਦੇ ਆ, ਉੱਥੇ ਹੀ ਜਿਹੜੇ ਦੁਕਾਨਦਾਰ ਲਗਾਤਾਰ ਪ੍ਰਸ਼ਾਸਨ ਕੋ ਅਪੀਲ ਕਰਦੇ ਨਜ਼ਰ ਆ ਰਹੇ ਕਿ ਸਵੇਰ ਦਾ ਟਾਈਮ ਘਟਾ ਕੇ ਸ਼ਾਮ ਦਾ ਟਾਈਮ ਵਧਾ ਦਿੱਤਾ ਜਾਣਾ, ਜਿਸ ਤਰ੍ਹਾਂ ਕਿ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਦੁਕਾਨਾਂ ਖੁੱਲਦੀਆਂ, ਰਾਜਵਿੰਦਰ ਅਗਰ ਗੱਲ ਕੀਤੀ ਜਾਵੇ ਤਾਂ ਲੋਕਡਾਊਨ ਹਾਲ ਹੀ ਦੇ ਵਿੱਚ ਰਿਆਇਤਾਂ ਮਿਲ ਰਹੀਆਂ ਨੇ, ਲੋਕ ਸੜਕਾਂ ਤੇ ਆ ਰਹੇ ਨੇ, ਪਰ ਉੱਥੇ ਹੀ ਅਗਰ ਮੌਸਮ ਦੀ ਗੱਲ ਕਰੀਏ ਤਾਂ ਗਰਮੀ ਅੱਤ ਦੀ ਪੈਣੀ ਸ਼ੁਰੂ ਹੋ ਗਈ ਹੈ, ਸਭ ਤੋਂ ਪਹਿਲਾਂ ਤਾਂ ਲੁਧਿਆਣਾ ਦਾ ਮੌਸਮ ਕੀ ਕਹਿ ਰਿਹਾ? ਜੀ ਬਿਲਕੁਲ, ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਵਿੱਚ ਜਿਹੜੀ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਜਿਹੜਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ, ਕਿਤੇ ਨਾ ਕਿਤੇ ਲੂ ਜਿਹੜੀ ਹੈ ਚੱਲਣੀ ਸ਼ੁਰੂ ਹੋ ਗਈ ਹੈ, ਤੇ ਮੌਸਮ ਵਿਭਾਗ ਵੀ ਇਹ ਚੇਤਾਵਨੀ ਵਾਰ ਵਾਰ ਦੇ ਰਿਹਾ ਕਿ ਦੁਪਹਿਰ ਵੇਲੇ ਲੋਕਾਂ ਨੂੰ ਕਹਿ ਰਿਹਾ ਕਿ ਘਰਾਂ ਚੋਂ ਨਾ ਨਿਕਲਣ ਤਾਂ ਕਿ ਇਸ ਤੋਂ ਬਚਿਆ ਜਾ ਸਕਦਾ ਹੈ, ਨਹੀਂ ਤਾਂ ਇਸਦਾ ਜਿਹੜਾ ਪ੍ਰਕੋਪ ਚੱਲਣਾ ਪੈ ਸਕਦਾ ਹੈ, ਤੇ ਇੱਥੇ ਲੋਕ ਜਿਹੜੇ ਨੇ ਜ਼ਿਆਦਾਤਰ ਤੁਹਾਨੂੰ ਦੱਸ ਦਈਏ ਕਿ ਦਿਨ ਦੇ ਟਾਈਮ ਸਵੇਰ ਦੇ ਟਾਈਮ ਹੀ ਕੰਮਾਂ ਤੇ ਜਾਂਦੇ ਨੇ ਤੇ ਸ਼ਾਮ ਨੂੰ ਵਾਪਸ ਆਉਂਦੇ ਨੇ। ਲੁਧਿਆਣਾ ਇੱਕ ਮਹਾਨਗਰ ਹੈ, ਬੇਸ਼ੱਕ ਇੱਥੇ ਜਿਹੜੀਆਂ ਸੜਕਾਂ ਨੇ ਇਹਨਾਂ ਦੇ ਚਹਿਲ ਪਹਿਲ ਰਹਿੰਦੀ ਹੈ, ਪਰ ਗਰਮੀ ਦਾ ਜਿਹੜਾ ਪ੍ਰਕੋਪ ਹੈ ਉਸਦੇ ਚੱਲਦਿਆਂ ਕੁਛ ਨਾ ਕੁਛ ਜਿਹੜੀ ਹੈ ਮਤਲਬ ਲੋਕਾਂ ਦੀ ਜਿਹੜੀ ਆਮਦ ਹੈ ਘੱਟ ਦਿਖ ਰਹੀ ਹੈ। ਤੁਹਾਨੂੰ ਦਿਖਾਵਾਂਗੇ ਸੜਕਾਂ ਦੇ ਉੱਤੇ ਵੱਡੀਆਂ ਗੱਡੀਆਂ ਤਾਂ ਤੁਹਾਨੂੰ ਜ਼ਰੂਰ ਨਜ਼ਰ ਆਉਣਗੀਆਂ, ਪਰ ਲੋਕ ਜਿਹੜੇ ਆਮ ਨੇ ਤੁਰਨ ਫਿਰਨ ਵਾਲੇ ਲੋਕ ਜਿਹੜੇ ਤੁਹਾਨੂੰ ਉਹ ਇੱਦਾਂ ਨਜ਼ਰ ਨਹੀਂ ਆਉਣਗੇ ਜਿੱਦਾਂ ਸੜਕਾਂ ਤੇ ਪਹਿਲਾਂ ਫਿਰਦੇ ਸੀ, ਇਹ ਜਿਹੜੇ ਵੱਡੀਆਂ ਗੱਡੀਆਂ ਦੇ ਵਿੱਚ ਲੋਕ ਨੇ ਉਹੀ ਤੁਹਾਨੂੰ ਨਜ਼ਰ ਜ਼ਿਆਦਾ ਆਉਣਗੇ, ਉਹ ਵੀ ਜ਼ਿਆਦਾਤਰ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਇੱਕ ਦੁੱਕਾ ਹੀ ਨਜ਼ਰ ਆਉਂਦੇ ਨੇ ਜਿਹੜੇ ਕੰਮਾਂ ਤੇ ਜਾਂਦੇ ਨੇ। ਜੀ ਸੋ ਇਹ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਕੱਲ੍ਹ ਵੀ ਗੱਲਬਾਤ ਹੋ ਰਹੀ ਸੀਗੀ ਇਸੇ ਨੂੰ ਲੈ ਕੇ, ਕਿਉਂਕਿ ਕਿਤੇ ਨਾ ਕਿਤੇ ਰਾਜਵਿੰਦਰ ਕਿਹਾ ਜਾ ਰਿਹਾ ਸੀ ਜਦੋਂ ਗਰਮੀ ਵਧੇਗੀ ਕੋਰੋਨਾ ਦਾ ਕਹਿਰ ਘਟੇਗਾ, ਪਰ ਉਹ ਸ਼ਾਇਦ ਇਸੇ ਕਰਕੇ ਕਿਹਾ ਜਾ ਰਿਹਾ ਸੀ ਕਿਉਂਕਿ ਆਮਦ ਲੋਕਾਂ ਦੀ ਘਟੇਗੀ, ਸੜਕਾਂ 'ਤੇ ਲੋਕ ਉਤਰਨਾ ਸ਼ੁਰੂ ਘੱਟ ਹੋਣਗੇ, ਇੱਕ ਦੂਜੇ ਦੇ ਸੰਪਰਕ 'ਚ ਘੱਟ ਆਉਣਗੇ, ਘੱਟ ਹੋਏਗਾ ਗਰਮੀ ਕਰਕੇ, ਸੋ ਆਟੋਮੈਟਿਕਲੀ ਜਿਹੜਾ ਪ੍ਰਕੋਪ ਘਟੇਗਾ ਕੋਰੋਨਾ ਦਾ, ਸੋ ਉਸ ਨੂੰ ਲੈ ਕੇ ਅਗਰ ਵੇਖਿਆ ਜਾਵੇ ਤਾਂ ਕੀ ਕੁਝ ਕਹੋਗੇ, ਗਰਮੀ ਦੇ ਹਾਲਾਤ ਜਿਹੜੇ ਨੇ ਸਿੱਧਾ ਅਸਰ ਕਰ ਰਹੇ ਨੇ ਕੋਰੋਨਾ 'ਤੇ? ਜੀ ਬਿਲਕੁਲ, ਗਰਮੀ ਦੇ ਹਾਲਾਤ ਜਿਹੜੇ ਨੇ ਸਿੱਧਾ ਅਸਰ ਕਰ ਰਹੇ ਨੇ, ਪਹਿਲਾਂ ਜਿਹੜਾ ਵਿਗਿਆਨੀਆਂ ਦੁਆਰਾ ਵੀ ਕਿਹਾ ਜਾ ਰਿਹਾ ਸੀ, ਡਾਕਟਰਾਂ ਦੁਆਰਾ ਵੀ ਕਿਹਾ ਜਾ ਰਿਹਾ ਸੀ ਕਿ ਇੱਕ ਜਿਹੜਾ ਟੈਂਪਰੇਚਰ ਇੱਕ ਜਿਹੜਾ ਜਦੋਂ ਹਾਈ ਲੈਵਲ ਤੇ ਜਾਏਗਾ ਤੇ ਕੋਰੋਨਾ ਆਟੋਮੈਟਿਕ ਖਤਮ ਹੋ ਜਾਵੇਗਾ, ਤੇ ਉਹਦੇ ਚੱਲਦੇ ਹੀ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਗਰਮੀ ਦੇ ਵਧਣ ਨਾਲ ਜਿਹੜਾ ਕੋਰੋਨਾ ਦਾ ਕਹਿਰ ਜਿਹੜਾ ਘਟੇਗਾ। ਤੁਹਾਨੂੰ ਦੱਸ ਦਈਏ ਕਿ ਜਿਵੇਂ ਜਿਵੇਂ ਲੋਕਾਂ ਦੀ ਆਮਦ ਸ਼ਹਿਰ ਦੇ ਵਿੱਚ ਘੱਟ ਹੁੰਦੀ ਹੈ, ਉਵੇਂ ਉਵੇਂ ਜਿਹੜਾ ਸੋਸ਼ਲ ਡਿਸਟੈਂਸ ਹੈ ਆਟੋਮੈਟਿਕ ਰਹਿੰਦਾ ਤੇ ਲੋਕ ਇੱਕ ਦੂਜੇ ਦੇ ਟੱਚ ਵਿੱਚ ਨਹੀਂ ਆਉਂਦੇ, ਜਿਸ ਕਾਰਨ ਕੋਰੋਨਾ ਦਾ ਘਟਣ ਦੀ ਜਿਹੜੀ ਹੈ ਉਮੀਦ ਬਹੁਤ ਜ਼ਿਆਦਾ ਹੈ, ਤੇ ਲੋਕ ਜਿਹੜੇ ਨੇ
इस दी एहतियात वरतदे नजर आ रहे हैं, गर्मी तो बचण दे वास्ते अपने घरां दे विच ही ज्यादातर रह रहे हैं। सरकार दी ते मौसम विज्ञानी जिहड़ी गल देखिया जावे तां ज्यादातर मन्नी जा रही है जी। बिल्कुल राजविंदर, सो अगर गल करिए पिछले साल दे मुकाबले तां गर्मी सीगी पिछले साल भी, पर लोग सड़कां ते उतरदे सीगे। अगर ठंडे जल दीआं छबीलां दी गल करिए, क्योंकि अज गुरु अर्जन देव जी दा शहीदी दिहाड़ा भी हैगा, सो इन्हां दिनां दे विच तां आम सड़कां ते ओह छबीलां नज़र आउंदियां सी, पर अजकल नहीं, क्योंकि लॉकडाउन दा एक बहुत वड्डा असर पै रिहा है और हुण लोग वैसे भी अवॉइड कर रहे ने कि घरां चों बाहर घट ही निकलीए। जी बिल्कुल, लोग जिहड़े ने लोग घरां चों बहुत घट बाहर निकलदे नजर आउंदे ने, ते सबीलां जिहड़ियां ने इस कारण नहीं लगियां क्योंकि कोरोना वायरस दे चलदिआं किते ना किते हदायत जिहड़ी दित्ती जा रही है कि इदां दे जिहड़े समगरी है ओह नहीं वरताई जाएगी, क्योंकि इसका जिहड़ा सीधा सीधा असर जिहड़ा है आम पब्लिक ते पैंदा है, किते ना किते भीड़ इकट्ठी हो जाती है, सोशल डिस्टेंस दी जिहड़ियां ने पालना नहीं हो सकती इदां, ते इसदे कारण जिहड़ियां सबीलां इस बार नहीं लगियां। पर इह जिहड़ा हालात ने जिहड़े तुहानूं दस दईए, ਇਹ ਲੁਧਿਆਣਾ ਦੇ ਅਨੁਕੂਲ ਨੇ। ਲੁਧਿਆਣਾ ਜਿਹੜਾ ਲੁਧਿਆਣਾ ਮਹਾਨਗਰ ਹੈ, ਇੱਥੇ ਵੱਡੀ ਗਿਣਤੀ ਵਿੱਚ ਫੈਕਟਰੀਆਂ ਨੇ ਤੇ ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਜਿਹੜੇ ਨੇ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਜਿਹੜੇ ਕੰਮ ਕਾਰ ਵਾਸਤੇ ਉਹਨਾਂ ਨੂੰ ਜਾਣਾ ਉਹਨਾਂ ਦੀ ਮਜਬੂਰੀ ਹੁੰਦੀ ਹੈ। ਪਰ ਕਿਤੇ ਨਾ ਕਿਤੇ ਗਰਮੀ ਦੀ ਜ਼ਿਆਦਾ ਹੋਣ ਦੇ ਕਾਰਨ ਸਵੇਰੇ ਸ਼ਾਮ ਲੋਕ ਕੰਮ ਤੇ ਜਾਂਦੇ ਨੇ ਤੇ ਸ਼ਾਮੀ ਵਾਪਸ ਆਉਂਦੇ ਨੇ, ਤੇ ਦਿਨੇ ਜਿਹੜੀ ਆਮ ਲੋਕਾਂ ਦੀ ਜਿਹੜੀ ਭੀੜ ਸੀ ਸੜਕਾਂ 'ਤੇ ਦਿਖਦੀ ਸੀ ਉਹ ਨਜ਼ਰ ਨਹੀਂ ਆ ਰਹੀ ਜੀ। ਜੀ, ਉਹ ਭੀੜ ਨਜ਼ਰ ਨਹੀਂ ਆ ਰਹੀ। ਹਾਲਾਂਕਿ ਅਖੀਰਲਾ ਸਵਾਲ ਹੈ, ਹੋਰ ਕੀ ਕੁਛ ਕਹਿਣਾ ਚਾਹੋਗੇ ਗਰਮੀ ਨੂੰ ਲੈ ਕੇ? ਇਸ ਤੋਂ ਇਲਾਵਾ ਇਹ ਵੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਲੋਕ ਸੜਕਾਂ 'ਤੇ ਉਤਰਦੇ ਨੇ ਅਤੇ ਉਹ ਠੰਡੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਬੇਸ਼ੱਕ ਉਹ ਨਿੰਬੂ ਪਾਣੀ ਹੋ ਗਿਆ ਜਾਂ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ। ਅਗਰ ਰੇਹੜੀਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗ ਰਿਹਾ ਇਸ ਵਾਰ ਲੱਗਦੀਆਂ ਹੋਈਆਂ ਨਜ਼ਰ ਆਈਆਂ ਨੇ, ਕਿਉਂਕਿ ਕਿਤੇ ਨਾ ਕਿਤੇ ਰੋਕ ਹੈਗੀ ਹੈ, ਪ੍ਰਸ਼ਾਸਨ ਵੀ ਸਖ਼ਤ ਹੈ? ਜੀ ਬਿਲਕੁਲ, ਇੱਕਾ ਦੁੱਕਾ ਰੇਹੜੀਆਂ ਤਾਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਸੜਕ ਦੇ ਉੱਤੇ, ਪਰ ਜਿਹੜੀਆਂ ਪਹਿਲਾਂ ਵਾਂਗ ਰੇਹੜੀਆਂ ਜਿਹੜੀਆਂ ਦੇਖਣ ਨੂੰ ਨਹੀਂ ਮਿਲ ਰਹੀਆਂ, ਤੇ ਲੋਕ ਪਹਿਲਾਂ ਨਾਲੋਂ ਜਿਹੜੇ ਨੇ ਸੁਚੇਤ ਵੀ ਨੇ। ਤੇ ਤੁਹਾਨੂੰ ਦਿਖਾ ਦਈਏ, ਇੱਕ ਜਿਹੜੀ ਜੂਸ ਵਾਲੀ ਰੇਹੜੀ ਹੈ ਉਹ ਲੱਗੀ ਵੀ ਹੋਈ ਹੈ ਸਾਡੇ ਨਜ਼ਦੀਕ, ਪਰ ਉੱਥੇ ਜਿਹੜਾ ਰਸ਼ ਹੈ ਉਹ ਨਹੀਂ ਦੇਖਣ ਨੂੰ ਮਿਲ ਰਿਹਾ, ਬੰਦਾ ਖੜਾ ਰੇਹੜੀ ਦੇ ਉੱਤੇ ਵੇਟ ਕਰ ਰਿਹਾ। ਪਰ ਆਮ ਜਿਹੜੇ ਲੋਕ ਨੇ, ਪਬਲਿਕ ਨੇ, ਉਹ ਵੀ ਇਸ ਗੱਲ ਦੀ ਇਤਿਆਤ ਵਰਤ ਰਹੀ ਹੈ ਵੀ ਹਾਂ ਕਿਤੇ ਨਾ ਕਿਤੇ ਸਾਵਧਾਨੀ ਦੇ ਤੌਰ ਤੇ ਉਸ ਤੋਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਰਿਹਾ, ਲੋਕ ਆਪਣੇ ਆਪ ਨੂੰ ਜਿਹੜਾ ਬਚਾਉਂਦੇ ਨਜ਼ਰ ਆ ਰਹੇ ਨੇ, ਤੇ ਜਿਸਦੇ ਕਾਰਨ ਜਿਹੜਾ ਕਿਤੇ ਨਾ ਕਿਤੇ ਨੁਕਸਾਨ ਆਮ ਪਬਲਿਕ ਦਾ, ਰੇਹੜੀ ਵਾਲਿਆਂ ਦਾ ਵੀ ਹੁੰਦਾ ਨਜ਼ਰ ਆ ਰਿਹਾ ਹੈ ਜੀ। ਜੀ ਬਿਲਕੁਲ, ਬਹੁਤ ਜ਼ਿਆਦਾ ਗਰਮੀ ਹੈਗੀ ਹੈ, ਉਹ ਸਭ ਨੂੰ ਧਿਆਨ ਰੱਖਣਾ ਚਾਹੀਦਾ ਆਪਣਾ। ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਜੁੜਨ ਦੇ ਲਈ ਤਮਾਮ ਗੱਲਬਾਤ ਦੇ ਲਈ। ਸੋ ਕੁੱਲ ਮਿਲਾ ਕੇ ਸੜਕਾਂ 'ਤੇ ਲੋਕ ਜਿਹੜੇ ਨੇ ਉਹ ਉਤਰ ਰਹੇ ਨੇ,